ਨਾ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਇਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਪ੍ਰਮਾਣ ਹੈ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਵੀ ਲਿਆ। ਹੁਣ ਗੁਰੂ ਜੀ ਕਹਿਣ ਸ਼ਰਾਬ ਨਹੀਂ ਪੀਣੀ ਤੇ ਸਾਹਮਣੇ ਜਿਹੜਾ ਬੈਠਾ ਉਹ ਕਹਿੰਦਾ ਮੈਂ ਪੀਣੀ, ਫਿਰ ਗੱਲ ਨਹੀਂ ਨਾ ਬਣੀ। ਫਿਰ ਜਿਹੜਾ ਸਾਹਮਣੇ ਬੈਠਾ ਉਹ ਕਹਿੰਦਾ ਮੈਂ ਤਾਂ ਪੀਣੀ, ਗੁਰੂ ਜੀ ਕਹਿਣ ਨਹੀਂ ਪੀਣੀ, ਇਹਦਾ ਮਤਲਬ ਕੀ ਹੋਇਆ? ਕੰਮ ਖਰਾਬ ਹੈ। ਫਿਰ ਹੁਣ ਗੁਰੂ ਨੂੰ ਅਸੀਂ ਨਹੀਂ ਕਹਿ ਸਕਦੇ ਗੁਰੂ ਜੀ ਸਾਡੇ ਮੁਤਾਬਕ ਤੁਸੀਂ ਚੇਂਜ ਹੋ ਜਾਓ, ਸਾਨੂੰ ਗੁਰੂ ਦੇ ਮੁਤਾਬਕ ਚੇਂਜ ਹੋਣਾ ਪੈਣਾ। ਗੁਰੂ ਜੀ ਕਹਿਣ ਜਾਤ ਪਾਤ ਦਾ ਹੰਕਾਰ ਨਹੀਂ ਕਰਨਾ ਤੇ ਸਾਹਮਣੇ ਜਿਹੜਾ ਬੈਠਾ ਕਹੇ ਮੈਂ ਤਾਂ ਕਰਨਾ, ਫਿਰ ਗੱਲ ਨਹੀਂ ਨਾ ਬਣਨੀ। ਫਿਰ ਹੁਣ ਗੁਰੂ ਜੀ ਕਹਿਣ ਆਪਣੇ ਧੀ ਪੁੱਤ ਦਾ ਆਨੰਦ ਕਾਰਜ ਕਰੋਗੇ, ਲੱਚਰ ਗਾਣੇ ਨਾ ਲਾਇਓ ਉੱਥੇ, ਅਸ਼ਲੀਲ ਗੀਤ ਨਾ ਚੱਲਣ ਉੱਥੇ, ਤੇ ਸਾਹਮਣੇ ਬੈਠਾ ਕਹੇ ਲੈ ਉਹ ਤੋਂ ਬਗੈਰ ਗੱਲ ਬਣਨੀ ਗੁਰੂ ਸਾਹਿਬ ਕੋਈ? ਉਹ ਤੋਂ ਬਗੈਰ ਤਾਂ ਸਵਾਦ ਹੀ ਨਹੀਂ ਆਉਣਾ। ਬਹੁਤਾ ਸਾਡਾ ਹਾਲ ਹੀ ਹੈ ਨਾ, 99% ਵਿਆਹ ਜਿਹੜੇ ਸਿੱਖਾਂ ਦੇ ਹੁੰਦੇ ਨੇ ਨਾ, ਮਾਫ਼ ਕਰਿਓ, ਸ਼ਰਾਬ ਅਤੇ ਲੱਚਰ ਗਾਇਕੀ ਦੇ ਨਾਲ ਭਰਪੂਰ ਹੁੰਦੇ ਨੇ। ਇਹਨਾਂ ਤੋਂ ਅਜੇ ਤੱਕ ਬਚ ਨਹੀਂ ਸਕੇ, ਜਦਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨਾਂ ਸਭਨਾਂ ਦੇ ਵਿਰੋਧ ਦੇ ਵਿੱਚ ਹੈ। ਮੈਂ ਤਾਂ ਇੱਕ ਗੱਲ ਕਹਿੰਦਾ ਹੁੰਦਾ, ਆਉਣ ਵਾਲੇ ਦਿਨਾਂ ਨੂੰ ਸਾਹਿਬਜ਼ਾਦਿਆਂ ਦਾ ਨਾ ਸ਼ਹੀਦੀ ਦਿਹਾੜਾ ਆਉਣਾ, ਆਪਾਂ ਉਹ ਵੀ ਬੜੇ ਜ਼ੋਰ ਸ਼ੋਰ ਨਾਲ ਮਨਾਉਣਾ ਹੈ। ਅਤੇ ਅਸੀਂ ਜਦੋਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਨਾ, ਤਾਂ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਜੀ ਸਾਹਿਬਜ਼ਾਦਿਆਂ ਦੇ ਭਰਾ, ਬੜੇ ਮਾਣ ਨਾਲ ਕਹਿੰਦੇ ਹਾਂ ਨਾ ਆਪਾਂ। ਮੈਂ ਕਈ ਵਾਰੀ ਸੋਚਦਾ ਹੁੰਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉਮਰ ਉਹਨਾਂ ਦੀ ਕਿੰਨੀ ਸੀ? ਵੱਡੇ ਸਾਹਿਬਜ਼ਾਦੇ ਦੀ 18 ਸਾਲ ਦੀ ਉਮਰ ਅਤੇ ਛੋਟੇ ਦੀ 14 ਸਾਲ ਦੀ ਉਮਰ। ਆਨੰਦ ਕਾਰਜ ਨਹੀਂ ਹੋਏ ਉਹਨਾਂ ਦੇ, ਉਸ ਤੋਂ ਪਹਿਲਾਂ ਹੀ ਉਹ ਸ਼ਹੀਦੀ ਜਾਮ, ਸ਼ਹੀਦੀ ਜਾਮ ਜਿਹੜੇ ਸੀ ਉਹ ਪੀ ਗਏ। ਪਰ ਮੰਨ ਲਓ ਕਿਤੇ ਉਹਨਾਂ ਦੇ ਆਨੰਦ ਕਾਰਜ ਹੁੰਦੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਆਨੰਦ ਕਾਰਜ ਕਰਦੇ, ਅਤੇ ਜਰਾ ਝਾਤ ਮਾਰ ਕੇ ਵੇਖੋ ਆਪਣੇ ਅੰਦਰ, ਜਰਾ ਡੂੰਘਾ ਜਾ ਕੇ ਵੇਖੋ ਕਿ ਜੇ ਉਹਨਾਂ ਦੇ ਆਨੰਦ ਕਾਰਜ ਹੁੰਦੇ, ਕਿ ਉਹਨਾਂ ਦੇ ਆਨੰਦ ਕਾਰਜ ਉੱਤੇ ਸ਼ਰਾਬ ਹੋਣੀ ਸੀ? ਸੋਚੋ ਹੀ ਜਰਾ। ਹਾਂਜੀ ਭੈਣੋ, ਜੇ ਬਾਬਾ ਅਜੀਤ ਸਿੰਘ ਜੀ ਦਾ ਆਨੰਦ ਕਾਰਜ ਹੁੰਦਾ ਉੱਥੇ ਸ਼ਰਾਬ ਹੋਣੀ ਸੀ? ਬੋਲ ਕੇ ਦੱਸਿਓ, ਕਿਸ 'ਚ ਵੀ ਕੋਈ ਸ਼ੰਕਾ? ਬੋਲੀਆਂ ਨਹੀਂ ਭੈਣਾ, ਇਹਦਾ ਮਤਲਬ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਹੋ ਸਕਦੀ ਸੀ। ਕਿਉਂ ਜੀ, ਹੋਣੀ ਸੀ ਕਿ ਨਹੀਂ ਹੋਣੀ ਸੀ? ਨਹੀਂ ਹੋਣੀ ਸੀ ਨਾ, ਤਾਂ ਉੱਚੀ ਬੋਲੋ ਨਾ। ਫਿਰ ਬਾਬਾ ਅਜੀਤ ਸਿੰਘ ਜੀ ਦਾ ਆਨੰਦ ਕਾਰਜ ਹੁੰਦਾ ਉੱਥੇ ਸ਼ਰਾਬ ਦਾ ਜ਼ਿਕਰ ਤੱਕ ਨਹੀਂ ਸੀ ਹੋਣਾ? ਬਾਬਾ ਅਜੀਤ ਸਿੰਘ ਜੀ ਦਾ ਆਨੰਦ ਕਾਰਜ ਹੁੰਦਾ ਕਿ ਉੱਥੇ ਲੱਚਰ ਗਾਇਕੀ ਹੋਣੀ ਸੀ? ਨਹੀਂ ਹੋਣੀ ਸੀ ਨਾ, ਤਾਂ ਵੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਆਨੰਦ ਕਾਰਜ ਹੋ ਜਾਣਾ ਸੀ ਨਾ, ਅਤੇ ਅੱਜ ਜਦੋਂ ਸਾਡੇ ਪੁੱਤ ਦੀ ਵਾਰੀ ਆਉਂਦੀ ਹੈ ਉਦੋਂ ਕੀ ਹੁੰਦਾ? ਅਸੀਂ ਇੱਕ ਪਾਸੇ ਕਹਿ ਰਹੇ ਹਾਂ ਬਾਬਾ ਅਜੀਤ ਸਿੰਘ ਜੀ ਅਸੀਂ ਤੁਹਾਡੇ ਭਰਾ, ਅਤੇ ਜਦੋਂ ਅੱਜ ਸਾਡੇ ਪੁੱਤ ਦਾ ਆਨੰਦ ਕਾਰਜ ਹੁੰਦਾ ਉਦੋਂ ਕੀ ਹੁੰਦਾ? ਲੈ ਜਾ ਗਾਣੇ ਨਾ ਲਾਏ ਤਾਂ ਗੱਲ ਹੀ ਕਿੱਥੇ ਬਣਨੀ ਹੈ, ਸ਼ਰਾਬ ਨਾ ਪਈ ਤਾਂ ਗੱਲ ਹੀ ਕਿੱਥੇ ਬਣਨੀ ਹੈ। ਹਿਸਾਬ ਵੇਖੋ ਕਿੱਥੇ ਦਾ ਕਿੱਥੇ ਚੱਲ ਗਿਆ। ਮਾਫ਼ ਕਰਿਓ, ਜਿਹੜਾ ਬੰਦਾ ਆਪਣੇ ਧੀ ਪੁੱਤ ਦੇ ਆਨੰਦ ਕਾਰਜ ਉੱਤੇ ਸ਼ਰਾਬ ਪਿਆਵੇ ਅਤੇ ਗੰਦੇ ਗਾਣੇ ਲਾਵੇ, ਤਾਂ ਉੱਤੋਂ ਆ ਕੇ ਬਾਬਾ ਅਜੀਤ ਸਿੰਘ ਜੀ ਮੈਂ ਤੁਹਾਡਾ ਭਰਾ, ਉਹਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਉਹਨੂੰ ਭਰਾ ਖਵਾਉਣ ਦਾ ਕੋਈ ਹੱਕ ਨਹੀਂ ਹੈ। ਕਿੱਥੇ ਬਾਬਾ ਅਜੀਤ ਸਿੰਘ ਦੇ ਭਰਾ ਦੀ ਗੱਲ ਕਰਦਾ ਪਿਆ ਭਲਿਆ, ਅਤੇ ਕਿੱਥੇ ਤੂੰ ਜਦੋਂ ਆਪਣੇ ਪੁੱਤ ਦਾ ਵਿਆਹ ਕਰੇਗਾ ਤਾਂ ਉੱਥੇ ਲੱਕ 28 ਕੁੜੀ ਦਾ ਇਹ ਗਾਣੇ ਵੱਜਣ? ਸ਼ਰਮ ਆਉਣੀ ਚਾਹੀਦੀ ਹੈ। ਵੈਸੇ ਉੱਥੇ ਸ਼ਰਾਬਾਂ ਦੇ ਦੌਰ ਚੱਲਣ, ਅਤੇ ਉੱਥੇ ਕਈ ਕਹਿਣਗੇ ਜੀ ਉਹ ਸਾਡੇ ਰਿਸ਼ਤੇਦਾਰ ਨਹੀਂ ਆਉਂਦੇ, ਫੁੱਫੜ ਨਾਰਾਜ਼ ਹੋ ਜਾਂਦਾ। ਰੁੱਸਿਆ ਰਹਿਣ ਦਿਓ, ਫਿਰ
ਇਹੋ ਜਿਹਾ ਫੁੱਫੜ ਜਿਹੜਾ ਗਲਤ ਪਾਸੇ ਲਾਉਂਦਾ ਹੋਵੇ ਤਾਂ ਰੋਸੀ ਜਾਣਾ ਚਾਹੀਦਾ ਉੱਥੇ। ਪਰ ਇੱਥੇ ਹਿਸਾਬ ਕੀ ਹੋ ਰਿਹਾ, ਇੱਥੇ ਗੁਰੂ ਦਾ ਜੋ ਕਿਹਾ ਹੋਇਆ ਬਚਨ ਹੈ ਉਹਨੂੰ ਮੋੜਿਆ ਜਾ ਰਿਹਾ। ਗੁਰੂ ਜੀ ਕਹਿ ਰਹੇ ਨੇ ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਗੁਰੂ ਨੇ ਨਸ਼ੇ ਤੋਂ ਰੋਕਿਆ। ਇੱਥੇ ਗੁਰੂ ਸਾਹਿਬ ਇਹ ਗੱਲ ਕਹਿਣ, ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ। ਇੱਥੇ ਗੁਰੂ ਜੀ ਕਹਿਣ, ਇਹ ਜਿਹੜੇ ਗੰਦੇ ਗੰਦੇ ਗਾਣੇ ਇਹ ਤੇਰੇ ਕੰਨਾਂ 'ਚ ਨਾ ਪੈਣ, ਅਤੇ ਆਪਣੇ ਨੂੰ ਸਿੱਖ ਖਵਾਉਣ ਵਾਲਾ ਕਵੇ ਲੈ, ਗਾਣਿਆਂ ਤੋਂ ਬਗੈਰ ਤਾਂ ਮੇਰੇ ਪੁੱਤ ਦਾ ਵਿਆਹ ਹੀ ਨਹੀਂ ਹੋ ਸਕਦਾ। ਮਾਫ਼ ਕਰਿਓ, ਗਾਣੇ ਚੇਤੇ ਹੋ ਜਾਂਦੇ ਨੇ ਵਿਆਹ ਸ਼ਾਦੀਆਂ ਦੇ ਉੱਤੇ, ਚਾਰ ਲਾਵਾਂ ਚੇਤੇ ਹੋਈਆਂ। ਜੇ ਇੱਥੇ ਮੈਂ ਬਜ਼ੁਰਗਾਂ ਨੂੰ ਵੀ ਪੁੱਛ ਲਵਾਂ, ਨਾ ਸਾਰਿਆਂ ਦੀ ਗੱਲ ਤਾਂ ਮੈਂ ਨਹੀਂ ਕਰਦਾ, ਬਹੁਤ ਤੁਹਾਡੇ ਵਿੱਚ ਹੋਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹੋਣਗੇ, ਵਿਚਾਰਦੇ ਹੋਣਗੇ, ਪਰ ਬਹੁਤਾਤ ਗਿਣਤੀ ਉਹਨਾਂ ਦੀ ਹੋਏਗੀ। ਜੇ ਇਹ ਪੁੱਛ ਲਿਆ ਜਾਵੇ ਨਾ ਚਾਰ ਲਾਵਾਂ ਕਿਹਦੀਆਂ ਲਿਖੀਆਂ ਹੋਈਆਂ ਨੇ, ਮਾਫ਼ ਕਰਿਓ, ਸ਼ਾਇਦ ਦੱਸਣਾ ਔਖਾ ਹੋ ਜਾਵੇ। ਇਹ ਪੁੱਛ ਲਿਆ ਜਾਵੇ ਨਾ ਕਿਹੜੇ ਰਾਗ ਦੇ ਵਿੱਚ, ਹਜੇ ਸਾਡੇ ਸਾਰਿਆਂ ਦੇ ਆਨੰਦ ਕਾਰਜ ਹੋਏ ਨੇ ਅਤੇ ਚਾਰ ਲਾਵਾਂ ਹੀ ਪੜੀਆਂ ਗਈਆਂ ਸੀਗੀਆਂ, ਪਰ ਚਾਰ ਲਾਵਾਂ ਬਾਰੇ ਚੇਤੇ ਨਹੀਂ। ਪਰ ਜੇ ਮੈਂ ਪੁੱਛ ਲਵਾਂ ਨਾ ਫਲਾਣਾ ਗਾਣਾ ਕਿਹੜੇ ਸਿੰਗਰ ਨੇ ਗਾਇਆ ਅਤੇ ਕਿੰਨੇ ਮਿਊਜ਼ਿਕ ਦਿੱਤਾ ਸੀ ਇਹਦਾ ਅਤੇ ਕਿਹੜੀ ਕੰਪਨੀ ਨੇ ਕੈਸਟ ਕੱਢੀ, ਉਹ ਸਭ ਪਤਾ ਹੋਣਾ ਜੀ, ਕਿਉਂਕਿ ਇਸ ਪਾਸੇ ਧਿਆਨ ਜ਼ਿਆਦਾ। ਪਰ ਇਹ ਨਹੀਂ ਪਤਾ, ਜੇ ਮੈਂ ਪੁੱਛਾਂ ਮੋਤੀ ਦਾ ਮੰਦਰ ਉਸਨੇ ਰਤਨੀ ਤਾਂ ਹੋ ਹੈ ਜੜਾਓ, ਤੁਸੀਂ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਕਿਹੜੇ ਗੁਰੂ ਪਾਤਸ਼ਾਹ ਦਾ ਸ਼ਬਦ ਹੈ, ਕਿੰਨਵੇਂ ਅੰਕ ਦੇ ਉੱਤੇ ਆਉਂਦਾ ਅਤੇ ਕਿਹੜੇ ਰਾਗ ਦੇ ਵਿੱਚ ਹੈ। ਮਾਫ਼ ਕਰਿਓ, ਬਹੁਤ ਘੱਟ ਸੱਜਣ ਹੋਣਗੇ ਜਿਹਨਾਂ ਨੂੰ ਪਤਾ ਹੋਏਗਾ, ਜਦਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਰਾਗ ਆਰੰਭ ਹੁੰਦਾ ਸ਼੍ਰੀ ਰਾਗ ਪਹਿਲਾ ਸ਼ਬਦ ਹੈ। ਪਰ ਇਹ ਗੁਰਬਾਣੀ ਬਾਰੇ ਜਾਣਕਾਰੀ ਘੱਟ ਹੈ ਨਾ, ਨਾਰਾ ਤਾਂ ਆਪਾਂ ਮਾਰ ਹੀ ਦਿੰਦੇ 300 ਸਾਲ ਗੁਰੂ ਦੇ ਨਾਲ, ਆ ਪਿੱਛੇ ਜੇ ਨਾਰਾ ਮਾਰਿਆ 350 ਸਾਲ ਗੁਰੂ ਦੇ ਨਾਲ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਿਹਾੜਾ ਆਇਆ ਸੀ ਜਦੋਂ, ਨਾਰੇ ਬਹੁਤ ਮਾਰਦੇ ਨੇ ਸਾਡੇ ਲੋਕ, ਪਰ ਬਾਣੀ ਨੂੰ ਆਪ ਪੜ੍ਹਨ ਵਾਲੇ ਪਾਸੇ ਨੂੰ, ਆਪ ਸਮਝਣ ਵਾਲੇ ਪਾਸੇ ਨੂੰ ਧਿਆਨ ਨਹੀਂ ਦਿੱਤਾ। ਪਰ ਲੋੜ ਹੈ ਗੁਰੂ ਸਵਾਰਿਓ, ਲੋੜ ਹੈ। ਅੱਜ ਘਰਾਂ ਦੇ ਵਿੱਚ ਜਿਹੜੇ ਇਹ ਲੜਾਈ ਝਗੜੇ ਕਲੇਸ਼ ਇਹ ਸਭ ਆ ਗਏ ਨੇ ਨਾ, ਕਾਰਨ ਉਹਦੇ ਪਿੱਛੇ ਇਹੀ ਹੈ। ਗਾਣੇ ਵੱਜੇ ਵਿਆਹ ਸ਼ਾਦੀਆਂ ਦੇ ਉੱਤੇ, ਉਸ ਸਮੇਂ ਵਿਆਹ ਹੋ ਗਿਆ, ਲਾਲਾ ਲਾਲਾ ਕਰਦੇ ਘਰ ਨੂੰ ਆ ਗਏ, ਅੱਧਿਆਂ ਦੀਆਂ ਪੱਗਾਂ ਲੱਥੀਆਂ, ਦਾਰੂ ਪੀਤੀ ਸੀ, ਉਹ ਘਰ ਨੂੰ ਆ ਗਏ ਅਤੇ ਬਸ ਉਹ ਸਿੰਗਰ ਦੇ ਗਾਣੇ ਸੁਣੇ ਹੀ ਸੀ, ਜੋ ਕਲੇਸ਼ ਉਹਨੇ ਸੁਣਾਇਆ ਸੀਗਾ ਥੋੜ੍ਹੇ ਚਿਰ ਨੂੰ, 2-3 ਮਹੀਨਿਆਂ 'ਚ ਉਹ ਘਰ ਪਿਆ ਹੁੰਦਾ ਬਹੁਤੀ ਵਾਰੀ। ਪਰ ਘਰ ਜਿਹੜੇ ਨੇ ਉਹ ਧਰਮਸ਼ਾਲ ਬਣਾਉਣੇ ਸੀ, ਪੱਬ ਕਲੱਬ ਨਹੀਂ ਸੀ ਬਣਾਉਣੇ, ਧਰਮਸ਼ਾਲ ਬਣਾਉਣੇ ਸੀ ਘਰ। ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਆਖੀ ਨਾ, ਘਰ ਘਰ ਅੰਦਰ ਧਰਮਸ਼ਾਲ, ਉਹ ਘਰ ਘਰ ਅੰਦਰ ਧਰਮਸ਼ਾਲ ਕਿਵੇਂ ਬਣਨੀ ਸੀ, ਜਦੋਂ ਸਾਰੇ ਦਾ ਸਾਰਾ ਪਰਿਵਾਰ ਬਹਿ ਕੇ ਬਾਣੀ ਪੜ੍ਹਦਾ, ਮਾਂ ਬਾਪ ਬਾਣੀ ਪੜ੍ਹਦੇ, ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਦੇ, ਸਾਹਿਬਜ਼ਾਦਿਆਂ ਦੇ ਬਾਰੇ 'ਚ ਦੱਸਦੇ, ਗੁਰੂ ਗ੍ਰੰਥ ਸਾਹਿਬ ਦੇ ਬਾਰੇ 'ਚ ਦੱਸਿਆ ਜਾਂਦਾ। ਪਰ ਮਾਫ਼ ਕਰਿਓ, ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵਿੱਚ ਆਪਾਂ ਦੱਸ ਨਹੀਂ ਸਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਨਹੀਂ ਸਕੇ। ਜੇ ਸਿਖਾ ਸਕੇ ਹੁੰਦੇ ਨਾ, ਆ ਬੱਚੇ ਇਸ ਟਾਈਮ ਪਿੱਛੇ ਦੌੜ ਭੱਜ ਨਾ ਕਰ ਰਹੇ ਹੁੰਦੇ, ਉਹ ਬੱਚੇ ਤੁਹਾਡੇ ਨਾਲ ਇੱਥੇ ਬੈਠੇ ਹੁੰਦੇ, ਭਾਵੇਂ ਉਹਨਾਂ ਨੂੰ ਜਿੰਨਾ ਕੁ ਵੀ ਸਮਝ ਆਉਂਦਾ, ਭਾਵੇਂ ਥੋੜ੍ਹਾ ਆਉਂਦਾ ਭਾਵੇਂ ਵੱਧ ਆਉਂਦਾ, ਅਸੀਂ ਜਦੋਂ ਆਪ ਛੋਟੇ ਹੁੰਦੇ ਸੀ ਅਸੀਂ ਵੇਖਦੇ ਹੁੰਦੇ, ਸਾਡੇ ਮਾਂ ਬਾਪ ਸਾਨੂੰ ਆਪਣੇ ਲਾਗੇ ਭਾਗੇ ਰੱਖਦੇ ਸੀ ਜਦੋਂ ਗੁਰਦੁਆਰੇ ਬਹਿੰਦੇ ਸੀ ਆਪਾਂ, ਅੱਜ ਕੱਲ੍ਹ ਦੇ ਨਿਆਣਿਆਂ ਨੂੰ ਇਹ ਖੁੱਲ੍ਹਾ ਛੱਡਿਆ ਹੁੰਦਾ ਵੀ ਟੱਪੀ ਜਾਓ ਪਿੱਛੇ ਜਾ ਕੇ, ਕਿਉਂਕਿ ਧਿਆਨ ਨਹੀਂ ਰਹਿ ਗਿਆ। ਜਿਹੜੇ ਅੱਜ ਤੱਕ ਆਪ ਪੁਰਾਣੇ ਮਾਤਾ ਪਿਤਾ ਸੀ ਫਿਰ ਵੀ ਧਿਆਨ ਰੱਖਦੇ ਸੀ, ਬੱਚਾ ਕੁਛ ਤਾਂ ਸੁਣੇ ਬਹਿ ਕੇ, ਜਿਹੜੇ ਹੁਣ ਬੱਚੇ ਨੇ ਮਾਂ ਬਾਪ ਵੀ ਕਹਿੰਦੇ ਨਿਤਾਂਗੀ ਕਰਨਾ ਇਹਨੂੰ ਭੇਜ ਦਿਓ ਉੱਥੇ, ਕਿਉਂਕਿ ਅਸੀਂ ਸ਼ੁਰੂ ਤੋਂ ਆਪ ਅਵੇਸਲੇ ਰਹੇ ਹਾਂ।
ਸਾਨੂੰ ਕਈ ਸੱਜਣ ਇਹੋ ਜਿਹੇ ਮਿਲਦੇ, ਬਾਹਰਲੀ ਕੰਟਰੀਆਂ 'ਚ ਜਾਈਦਾ, ਉੱਥੇ ਉਹ ਮਾਂ ਬਾਪ ਮਿਲਣਗੇ, ਉਹ ਕਹਿਣਗੇ ਜੀ ਜਦੋਂ ਸਮਾਂ ਸੀ ਬੱਚਿਆਂ ਨੂੰ ਕੁਛ ਸਿਖਾਉਣ ਦਾ ਉਦੋਂ ਅਸੀਂ ਸਿਖਾ ਨਹੀਂ ਸਕੇ, ਅਸੀਂ ਕੰਮਾਂ ਕਾਜਾਂ 'ਚ ਬੜੇ ਬਿਜ਼ੀ ਸੀਗੇ, ਅਤੇ ਹੁਣ ਜੀ ਜਦੋਂ ਅਸੀਂ ਹੁਣ ਬੱਚਿਆਂ ਨੂੰ ਦੱਸਣਾ ਚਾਹੁੰਦੇ ਹਾਂ, ਇਹ ਵੱਡੇ ਹੋ ਗਏ ਨੇ ਹੁਣ ਸਾਡੀ ਗੱਲ ਹੀ ਨਹੀਂ ਸੁਣਦੇ, ਅਤੇ ਪਹਿਲਾਂ ਆਪਾਂ ਇਹ ਸੋਚਦੇ ਸੀ ਸਮਝਾ ਲਵਾਂਗੇ ਕੋਈ ਨਹੀਂ ਆਪਣੇ ਹੀ ਨੇ, ਪਰ ਬਾਅਦ ਵਿੱਚ ਜਾ ਕੇ ਜਦੋਂ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ ਨਾ, ਫਿਰ ਕੰਮ ਖਰਾਬ ਹੋ ਜਾਂਦਾ। ਅੱਜ ਤੁਸੀਂ ਤਾਂਹੀਓ ਵੇਖੋ ਨਾ ਕਿਤੇ ਅੱਜ ਨਸ਼ਿਆਂ ਵਾਲੇ ਪਾਸੇ ਨੂੰ ਸਾਡੇ ਵੀਰ ਲੱਗ ਚੁੱਕੇ ਨੇ, ਕੋਈ ਕਿਸੇ ਪਾਸੇ ਨੂੰ, ਕੋਈ ਕਿਸੇ ਪਾਸੇ ਨੂੰ। ਅੱਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਘਰ ਦੇ ਅੰਦਰ ਲੈ ਕੇ ਆਈਏ। ਜਿਹੜਾ ਇਹ ਰਸ ਹੈ ਨਾ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ, ਇਹ ਰਸ ਜਦੋਂ ਸਾਡੇ ਜੀਵਨ ਅੰਦਰ ਆਏਗਾ ਨਾ, ਫਿਰ ਸਾਰੇ ਦੇ ਸਾਰੇ ਰਸ ਨੇ ਜਿਹੜੇ ਉਹ ਫਿੱਕੇ ਲੱਗਣ ਲੱਗ ਜਾਣਗੇ। ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਕੇ ਲਾਵਾਂ ਦਾ ਕੀਰਤਨ ਕਰਕੇ ਆਪਣੇ ਬੱਚੇ ਦਾ ਆਨੰਦ ਕਾਰਜ ਕਰ ਦਈਏ ਨਾ, ਸੱਚ ਕਰਕੇ ਜਾਣਿਓ ਆਨੰਦ ਕਾਰਜ ਤਾਂ ਵੀ ਹੋ ਜਾਣਾ, ਘਾਟਾ ਕੋਈ ਨਹੀਂ ਪੈਣਾ ਉਹਦੇ ਵਿੱਚ, ਘਾਟਾ ਕੋਈ ਨਹੀਂ ਪੈਣਾ ਉਹਦੇ ਵਿੱਚ। ਪਰ ਲੋਕਾਂ ਨੂੰ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਇੰਝ ਲੱਗਦਾ ਸ਼ਾਇਦ ਇਹ ਹੋਇਆ ਆਨੰਦ ਕਾਰਜ, ਮਾਫ ਕਰਿਓ ਆਨੰਦ ਕਾਰਜ ਨਹੀਂ ਜੇ ਉਹ। ਫਿਰ ਆਨੰਦ ਕਾਰਜ ਤਾਂ ਉਹ ਹੁੰਦਾ ਜਿੱਥੇ ਗੁਰੂ ਦੀ ਮਰਿਆਦਾ ਨੂੰ ਸਾਹਮਣੇ ਰੱਖਿਆ ਜਾਂਦਾ। ਜਦੋਂ ਅਸੀਂ ਚੰਗੇ ਗੁਣਾਂ ਨੂੰ, ਸਤ ਸੰਤੋਖ ਦਇਆ ਧਰਮ ਧੀਰਜ ਨੂੰ ਆਪਣੇ ਜੀਵਨ 'ਚ ਕਮਾਉਂਦੇ ਹਾਂ, ਇਹ ਨਾਮ ਜਪਣਾ। ਕੋਈ ਆਪਣੇ ਪੁੱਤ ਦਾ ਵਿਆਹ ਕਰੇ, ਸੋਚੇ ਵੀ ਉੱਥੇ ਨਾ ਮੈਂ ਦਹੇਜ ਨਹੀਂ ਮੂੰਹੋਂ ਮੰਗ ਕੇ ਲੈਣਾ। ਕੋਈ ਆਪਣੇ ਪੁੱਤ ਦਾ ਵਿਆਹ ਕਰੇ ਅਤੇ ਆਖੇ ਦਹੇਜ ਮੂੰਹੋਂ ਮੰਗ ਕੇ ਨਹੀਂ ਲੈਣਾ ਮੈਂ, ਇਹ ਵੀ ਨਾਮ ਜਪਣਾ। ਪਰ ਹੁੰਦਾ ਕੀ ਹੈ, ਬੰਦਾ ਬਾਹਰੋਂ ਦੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਅਤੇ ਵਿਚੋਲੇ ਨੂੰ ਕਹਿੰਦਾ ਵੀ ਲਿਸਟ ਤਿਆਰ ਕਰ ਤੂੰ। ਹੁਣ ਇਹਦਾ ਮਤਲਬ ਨਾਮ ਜਪਣਾ ਆਇਆ ਨਹੀਂ, ਇਹਦਾ ਨਾਮ ਜਪਣਾ ਨਹੀਂ ਆਇਆ। ਗੁਰਦੁਆਰੇ ਵੀ ਬਹੁਤ ਆਏ ਪਰ ਲਿਸਟਾਂ ਵੀ ਤਿਆਰ ਕਰਾ ਲਈਆਂ, ਫਿਰ ਟੇਢੇ ਮੇਢੇ ਜਿਹੇ ਹੋ ਕੇ, ਭਾਵੇਂ ਜ਼ੁਬਾਨ ਤੋਂ ਨਹੀਂ ਆਖਿਆ ਪਰ ਕਿਸੇ ਨਾ ਕਿਸੇ ਢੰਗ ਦੇ ਨਾਲ, ਤਾਂ ਹੁਣ ਧਿਆਨ ਤਾਂ ਉੱਥੇ ਹੀ ਹੈ ਨਾ ਵੀ ਕਿਹੜੀ ਗੱਡੀ ਦੇਣਗੇ, ਸੋਨਾ ਕਿੰਨਾ ਆਊਗਾ, ਟੀ ਵੀ ਆਊਗਾ, LED ਫਰਿੱਜ। ਹੁਣ ਇਹ ਜਦੋਂ ਤੱਕ ਇੱਥੇ ਧਿਆਨ ਅਟਕਿਆ ਹੋਇਆ ਇਹਨਾਂ ਚੀਜ਼ਾਂ ਵੱਲ, ਉੱਥੋਂ ਗੱਲ ਸਮਝ ਆਉਂਦੀ ਹੈ ਵੀ ਇਹ ਤਾਂ ਨਾ ਆਪਣਾ ਮੁੰਡਾ ਇੰਝ ਕਹਿ ਲਓ ਵੀ ਵੇਚਣ ਲੱਗੇ ਨੇ, ਵੇਚ ਰਹੇ ਵੀ ਇੰਨਾ ਮਾਲ ਦੇ ਦਿਓ ਲੈ ਜਾਓ ਇਹਨੂੰ, ਜਾਂ ਉੱਧਰ ਇਹ ਕਹਿ ਲਈਏ ਵੀ ਉਹਨਾਂ ਨੇ ਆਪਣੀ ਕੁੜੀ ਜਿਹੜੀ ਉਹ ਘਰੋਂ ਕੱਢਣੀ ਹੈ, ਵੀ ਨਿਕਲੇ ਘਰੋਂ ਦੀ ਜਿੰਨਾ ਮਰਜ਼ੀ ਸਮਾਨ ਦੇਣਾ ਪਵੇ, ਤੋਰੋ ਇਹਨੂੰ, ਕੱਢੋ ਘਰੋਂ ਬਾਹਰ। ਇੱਦਾਂ ਦਾ ਹਿਸਾਬ ਹੋ ਗਿਆ, ਜਿੱਥੇ ਸੌਦੇਬਾਜ਼ੀਆਂ ਹੋਣ ਲੱਗ ਪੈਣ ਨਾ, ਸੌਦੇਬਾਜ਼ੀਆਂ, ਮਾਫ਼ ਕਰਿਓ ਉਹ ਪਰਿਵਾਰ ਕਦੀ ਵੀ ਚੜ੍ਹਦੀ ਕਲਾ ਦੇ ਵਿੱਚ ਨਹੀਂ ਜੇ ਆ ਸਕਦੇ। ਇਹ ਆਨੰਦ ਕਾਰਜ ਦਾ ਜਿਹੜਾ ਗੁਰੂ ਸਾਹਿਬ ਨੇ ਇੱਕ ਸਬਜੈਕਟ ਤਿਆਰ ਕੀਤਾ, ਇਹ ਹੈ ਬੜਾ ਵਧੀਆ ਸੀਗਾ, ਆਨੰਦ ਦਾ ਕਾਰਜ, ਜੀਵਨ ਦੇ ਅੰਦਰ ਆਨੰਦ ਹੀ ਬਣ ਜਾਵੇ। ਪਰ ਜਿੱਥੇ ਸੌਦੇਬਾਜ਼ੀਆਂ ਉੱਥੇ ਤਾਂ ਬਿਜ਼ਨਸ ਹੋ ਗਿਆ ਨਾ, ਫਿਰ ਉੱਥੇ ਤਾਂ ਬਿਜ਼ਨਸ ਹੋ ਗਿਆ, ਅਤੇ ਉੱਥੇ ਵੀ ਲੜਕੇ ਵਾਲੇ ਉੱਚੇ ਅਤੇ ਲੜਕੀ ਵਾਲੇ ਨੀਵੇਂ ਇੱਦਾਂ ਪੇਸ਼ ਕੀਤਾ ਜਾਂਦਾ। ਪਰ ਜਿੱਥੇ ਉੱਚੇ ਨੀਵੇਂ ਦੀ ਗੱਲ ਆ ਜਾਵੇ, ਬਰਾਬਰਤਾ ਜਿੱਥੇ ਖਤਮ ਹੋ ਜਾਵੇ, ਮਾਫ਼ ਕਰਿਓ ਉਹਨਾਂ ਪਰਿਵਾਰਾਂ ਦਾ ਵਸਣਾ ਜਿਹੜਾ ਹੈ ਔਖਾ ਹੋ ਜਾਂਦਾ। ਅੱਜ ਜਿੰਨੇ ਵੀ ਇਹ ਕਲੇਸ਼ ਸਾਡੇ ਪਰਿਵਾਰਾਂ ਦੇ ਵਿੱਚ ਹੈਗੇ ਨੇ, ਉਹ ਇਸੇ ਕਰਕੇ ਨੇ ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ। ਪੜ੍ਹਦੇ ਅਸੀਂ ਹਰ ਸਾਲ ਹਾਂ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੁਆ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਵੇਰੇ ਜਦੋਂ ਪ੍ਰਭਾਤ ਫੇਰੀ ਕੱਢੀ ਜਾਂਦੀ ਨੇ, ਢੋਲਕੀਆਂ ਪਾੜ ਦਿੱਤੀਆਂ ਜਾਂਦੀਆਂ ਨੇ, ਉਦੋਂ ਚਿਮਟੇ ਚੰਗੀ ਤਰ੍ਹਾਂ ਖੜਕਾਏ ਜਾਂਦੇ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। ਉਹਨੂੰ ਭਲੇ ਨੂੰ ਰੋਕ ਕੇ ਕੋਈ ਪੁੱਛੇ, ਜਿਹੜਾ ਢੋਲਕੀ ਕੁੱਟੀ ਜਾਂਦਾ ਵੀ ਤੇਰੀ ਜ਼ਿੰਦਗੀ 'ਚ ਧੁੰਦ ਹਟ ਗਈ ਹੈ, ਤੂੰ ਬੇਈਮਾਨੀਆਂ ਕਰਨੀਆਂ ਬੰਦ ਕਰਤੀਆਂ, ਤੂੰ ਝੂਠ ਬੋਲਣਾ ਬੰਦ ਕਰਤਾ,
ਤੂੰ ਗਾਲਾਂ ਕੱਢਣੀਆਂ ਬੰਦ ਕਰਤੀਆਂ, ਆਪਣੇ ਪੁੱਤ ਦਾ ਵਿਆਹ ਕਰੇਂਗਾ, ਉਹ ਮੰਗ ਕੇ ਦਹੇਜ ਨਹੀਂ ਲਏਗਾ, ਹੁਣ ਵਹਿਮ ਭਰਮ ਕਰਮ ਕਾਂਡ ਛੱਡ ਦਿੱਤੇ। ਨਹੀਂ ਜੀ, ਉਹ ਸਭ ਕੁਛ ਚੱਲ ਰਿਹਾ, ਪਰ ਹਰ ਸਾਲ ਢੋਲਕੀ ਜ਼ਰੂਰ ਵਜਾਉਣੀ ਹੈ, ਬਸ ਇਹ ਹਿਸਾਬ ਬਣਿਆ ਪਿਆ। ਹਰ ਸਾਲ ਛੈਣੇ ਜ਼ਰੂਰ ਵਜਾਉਣੇ ਨੇ, ਚਲੋ ਵਜਾਓ ਢੋਲਕੀ, ਵਜਾਓ ਛੈਣੇ, ਪੜ੍ਹੋ ਸ਼ਬਦ, ਮਨਾਈ ਕੋਈ ਨਹੀਂ ਹੈ, ਪਰ ਜੋ ਪੜ੍ਹ ਰਹੇ ਹਾਂ ਉਹ ਜੀਵਨ ਦੇ ਵਿੱਚੋਂ ਦਿਸਣਾ ਚਾਹੀਦਾ, ਉਹ ਜੀਵਨ ਵਿੱਚੋਂ ਦਿਸਣਾ ਚਾਹੀਦਾ। ਜੇ ਮੈਂ ਸਟੇਜ ਦੇ ਉੱਤੇ ਬਹਿ ਕੇ ਕੁਝ ਹੋਰ ਕਵਾਂ ਅਤੇ ਕਰਾਂ ਕੁਝ ਹੋਰ, ਤੁਸੀਂ ਮੈਨੂੰ ਕਹੋਗੇ ਨਾ, ਲੈ ਭਾਈ ਵੇਖ ਦੋਗਲਾਈ ਦੋਗਲਾ, ਇੱਦਾਂ ਹੀ ਕਹੋਗੇ ਨਾ, ਇਹ ਦੋਗਲਾਈ ਸਟੇਜ 'ਤੇ ਬਹਿ ਕੇ ਕੁਝ ਹੋਰ ਕਰਦਾ ਹੀ ਤੇ ਪਿੱਛੋਂ ਕੁਝ। ਹੁਣ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਆਪਾਂ ਕਹਿੰਦੇ ਹਾਂ ਵੀ ਸ਼ਰਾਬ ਪੀਣੀ ਮਾੜੀ ਹੈ, ਪਰ ਸਾਨੂੰ ਪਤਾ ਲੱਗ ਜਾਵੇ ਵੀ ਫਲਾਣਾ ਗ੍ਰੰਥੀ ਸ਼ਰਾਬ ਪੀਂਦਾ, ਕਿਉਂ ਜੀ ਮਾੜਾ ਲੱਗਦਾ ਨਾ ਸਾਨੂੰ, ਉਹ ਗ੍ਰੰਥੀ ਸ਼ਰਾਬ ਪੀਂਦਾ। ਅੱਛਾ ਜਿਹੜਾ ਬੰਦਾ ਆਪ ਵੀ ਪੀਂਦਾ ਹੋਏਗਾ ਨਾ, ਉਹ ਵੀ ਕਹੇਗਾ ਲੈ ਫਲਾਣਾ ਗ੍ਰੰਥੀ ਸ਼ਰਾਬ ਪੀਂਦਾ ਹੀ, ਉਹ ਆਪ ਵੀ ਕਹੇਗਾ। ਉਹਨੂੰ ਪੁੱਛੇ ਵੀ ਤੂੰ ਵੀ ਤਾਂ ਆਪਣਿਆਂ ਨੂੰ ਸਿੱਖ ਕਹਿੰਦਾ, ਉਹ ਕਹਿੰਦਾ ਲੈ ਸਾਡੀ ਗੱਲ ਹੋਰ ਹੁੰਦੀ, ਗ੍ਰੰਥੀ ਨਹੀਂ ਪੀ ਸਕਦਾ। ਇਹਦਾ ਮਤਲਬ ਇਹ ਨਾ ਲਿਓ ਕਿ ਮੈਂ ਇਹ ਹੱਕ ਦੇ ਵਿੱਚ ਆ ਕਿ ਗ੍ਰੰਥੀ ਨੂੰ ਪੀ ਲੈਣੀ ਚਾਹੀਦੀ, ਗ੍ਰੰਥੀ ਪੀਂਦਾ ਉਹ ਵੀ ਗਲਤ ਹੈ, ਪਰ ਜਿਹੜਾ ਵੈਸੇ ਵੀ ਕੋਈ ਆਮ ਪੀ ਰਿਹਾ ਉਹ ਵੀ ਗਲਤ ਹੈ, ਕਿਉਂਕਿ ਸ਼ਰਾਬ ਸਾਰਿਆਂ ਵਾਸਤੇ ਮਾੜੀ ਹੈ, ਸ਼ਰਾਬ ਸਾਰਿਆਂ ਵਾਸਤੇ ਮਾੜੀ ਹੈ। ਇਸ ਕਰਕੇ ਸਾਨੂੰ ਇਹ ਸਮਝਣਾ ਪਏਗਾ ਵੀ ਇਹ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਨਾ, ਇਹ ਰਾਗੀ ਢਾਡੀ ਪ੍ਰਚਾਰਕਾਂ ਵਾਸਤੇ ਨਹੀਂ ਸੀ ਉਚਾਰਨ ਕੀਤੀ, ਇਹ ਕਿਹਦੇ ਵਾਸਤੇ ਸੀ, ਸਾਡੇ ਸਾਰਿਆਂ ਵਾਸਤੇ ਸੀਗੀ। ਅਤੇ ਇਹ ਸਾਨੂੰ ਗੱਲ ਕਬੂਲਣੀ ਪਵੇਗੀ, ਜਿਸ ਦਿਨ ਅਸੀਂ ਇਹ ਗੱਲ ਕਬੂਲ ਲਵਾਂਗੇ ਉਸ ਦਿਨ ਅਸੀਂ ਆਪ ਬਾਣੀ ਨੂੰ ਪੜ੍ਹਨਾ ਵਿਚਾਰਨਾ ਆਰੰਭ ਕਰ ਦਿਆਂਗੇ। ਜਿਹੜੇ ਸੱਜਣੇ ਇਹ ਕਹਿੰਦੇ ਨਾ ਬਾਣੀ ਬੜੀ ਔਖੀ ਹੈ ਜੀ, ਮੋਬਾਈਲ ਚਲਾਉਣਾ ਸਿੱਖ ਲਿਆ ਨਾ, ਬਾਹਰਲੇ ਮੁਲਕ ਵਾਲਿਆਂ ਨੇ ਬਣਾਇਆ ਸੀ, ਅੰਗਰੇਜ਼ੀ ਦੇ ਵਿੱਚ ਚਲਾ ਲੈਂਦੇ ਹਾਂ, ਫੇਸਬੁੱਕ ਵਟਸਐਪ ਸਭ ਕੁਝ ਆ ਗਿਆ ਨਾ, ਇਹ ਉਹਨਾਂ ਲੋਕਾਂ ਨੇ ਬਣਾਏ ਜਿਨ੍ਹਾਂ ਦੇ ਨਾਂ ਲੈਣੇ ਵੀ ਬੜੇ ਔਖੇ ਨੇ। ਮਾਰਕ ਜ਼ਕਰਬਰਗ ਕਹਿਣਾ ਹੋਵੇ ਨਾ, ਜ਼ਬਾਨ ਹਿੱਲ ਜਾਂਦੀ ਇੱਕ ਵਾਰੀ ਜਿਹਨੇ ਫੇਸਬੁੱਕ ਬਣਾਈ ਹੈ, ਪਰ ਚਲਾਉਣੀ ਸਿੱਖ ਲਈ ਨਾ। ਹੁਣ ਜਿਹੜੀ ਬਾਣੀ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਲਿਖੀ ਹੈ ਉਹ ਪੜ੍ਹਨੀ ਔਖੀ ਲੱਗ ਰਹੀ, ਫੇਸਬੁੱਕ ਸੌਖੀ ਲੱਗ ਰਹੀ, ਇਹਦਾ ਮਤਲਬ ਫੇਸਬੁੱਕ 'ਚ ਇੰਟਰਸਟ ਸੀਗਾ, ਗੁਰਬਾਣੀ 'ਚ ਇੰਟਰਸਟ ਨਹੀਂ ਹੈ, ਬਸ ਗੱਲ ਇੰਨੀ ਕੁ ਹੈ। ਜਿਸ ਦਿਨ ਸਾਨੂੰ ਇਹ ਇੰਟਰਸਟ ਆ ਗਿਆ ਨਾ ਵੀ ਗੁਰਬਾਣੀ ਸਾਨੂੰ ਪੜ੍ਹਨੀ ਚਾਹੀਦੀ ਹੈ ਅਤੇ ਗੁਰਬਾਣੀ ਹੀ ਸਾਡੇ ਜੀਵਨ ਨੂੰ ਸਵਾਰ ਸਕਦੀ ਹੈ, ਉਦੋਂ ਸਾਡੀਆਂ ਕਈ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਹੱਲ ਹੋ ਜਾਣਗੀਆਂ ਅਤੇ ਜੀਵਨ ਦੇ ਅੰਦਰ ਆਨੰਦ ਆ ਜਾਏਗਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।